ਪਾਨਾ ਸਿੱਧੂ ਨੂੰ ਲੈ ਕੇ 10 ਤਰੀਕ ਨੂੰ ਲੈ ਕੇ ਰਿਹਾਈ ਦਾ ਐਲਾਨ ਕਰ ਦਿੱਤਾ ਹੈ ਅਤੇ ਉਸ ਤੋਂ ਬਾਅਦ ਲੱਖਾ ਸਿਧਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਅਤੇ ਜਿਨ੍ਹਾਂ ਨੇ ਇੱਕ ਵੱਡੇ ਪ੍ਰਦਰਸ਼ਨ ਦੇ ਵਿੱਚ ਜਿਹੜਾ ਪਾਨਾ ਸਿੱਧੂ ਨੂੰ ਲੈ ਕੇ ਵੱਡਾ ਸਾਥ ਦਿੱਤਾ ਅਤੇ ਜਿਸ ਤੋਂ ਬਾਅਦ ਲੱਖਾ ਸਿਧਾਣਾ ਦੇ ਵੱਲੋਂ ਕੁਝ ਸਰਕਾਰ 'ਤੇ ਵੀ ਤਿੱਖੇ ਸਵਾਲ ਕੀਤੇ ਗਏ ਨੇ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਲੱਖਾ ਸਿਧਾਣਾ ਦਾ ਹੋਰ ਕੀ ਕਹਿਣਾ ਹੈ। ਜਿੱਤ ਲੜਦੇ ਲੋਕਾਂ ਦੀ, ਬਿਲਕੁਲ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ। ਅੱਜ ਤੁਸੀਂ ਸਾਬਤ ਕਰਦਾ ਪੰਜਾਬ ਦੇ ਨੌਜਵਾਨੋ, ਪੰਜਾਬ ਹੀ ਨਹੀਂ ਕਰਨਾਲ ਤੋਂ ਰਾਜਸਥਾਨ ਜੈਪੁਰ ਤੱਕ ਦੇ ਅੱਜ ਨੌਜਵਾਨ ਆਏ ਆ ਤੇ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਕਿ ਜਿੰਨੀਆਂ ਮਰਜ਼ੀ ਰੋਕਾਂ ਹੋਣ, ਜਿੰਨੇ ਮਰਜ਼ੀ ਪਹਿਰੇ ਹੋਣ, ਜਿੰਨੇ ਮਰਜ਼ੀ ਦਾਵੇ ਡਰਾਵੇ ਦਬਕੇ ਹੋਣ, ਪਰ ਤੁਸੀਂ ਝੋਟਿਓ ਅੱਜ ਹਨੇਰੀਆਂ ਠਾਤੀਆਂ ਜਾਂ ਕਿਵੇਂ ਤੁਹਾਨੂੰ ਡਾਂਗਾਂ ਨਾਲ ਵੀ ਕੁੱਟਿਆ ਗਿਆ। ਅੱਜ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਨੇ ਪੁਲਿਸ ਨੇ ਡਾਂਗਾਂ ਮਾਰੀਆਂ, ਇੱਕ ਤਾਂ ਮੋਢਾ ਲਾਤਾ ਮੁੰਡੇ ਦਾ ਵਿਚਾਰੇ ਦਾ, ਇੱਕ ਦੇ ਕੱਪੜੇ ਹੀ ਪਾੜਤੇ ਸਾਰੇ, ਕਈਆਂ ਨੂੰ ਥਾਣਿਆਂ 'ਚ ਰਾਤ ਹੀ ਫੜ ਕੇ ਤਾੜ ਲਿਆ ਸੀਗਾ। ਪਰ ਉਹਦੇ ਬਾਵਜੂਦ ਵੀ ਤੁਸੀਂ ਬਾਹਣਾ ਬੀਜੀ, ਕਣਕਾਂ ਬੀਜੀ, ਡੰਡੋ ਡੰਡੀ ਹੋ ਕੇ, ਪਹੀਓ ਪਹੀ ਹੋ ਕੇ ਤੁਸੀਂ ਬਾਈ ਪਹੁੰਚੇ ਹੋ ਯਾਰ। ਮੈਂ ਕਈ ਵਾਰੀ ਸੋਚਦਾ ਹੁੰਦਾ, ਮੈਂ ਕਿਹਾ ਯਾਰ ਇਹ ਉਹ ਨੌਜਵਾਨ ਨੇ, ਇੰਨਾ ਜਜ਼ਬਾ, ਇੰਨਾ ਜਨੂੰਨ ਹੈ ਇਹਨਾਂ ਨੇ, ਕੀ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕੋਈ ਮੈਂਬਰ ਬਣਨਾ, ਸਰਪੰਚ ਬਣਨਾ, ਜਾਂ ਇਹਨਾਂ ਨੇ ਕੋਈ ਸਿਆਸਤ 'ਚ ਆਉਣਾ? ਕਿੰਨੇ ਕੁ ਹੋਣੇ ਵਿਚਾਰੇ ਉਹ ਤਾਂ ਜਿਹੜੇ ਇਹੀ ਸੋਚ ਵਾਲੇ ਹੋਣੇ ਆ? ਬਹੁਤਿਆਂ ਦੇ ਅੰਦਰ ਤਾਂ ਜਿਹਨਾਂ ਨੂੰ ਬੇਸੀ ਪੰਜਾਬ ਨਾਲ ਪਿਆਰ ਆ, ਜਾਂ ਪੰਜਾਬ ਦੇ ਜਿਹੜੇ ਲੜਦੇ ਲੋਕ ਨੇ ਉਹਨਾਂ ਨਾਲ ਪਿਆਰ ਆ, ਉਹ ਯਾਰ ਅੱਜ ਸਿਰਾ ਤੁਸੀਂ ਕਰਾਤਾ ਬਾਈ। ਤੇ ਮੈਂ ਸੋਚਦਾ ਵੀ ਯਾਰ ਜਿਹੜੇ ਇੰਨੇ ਜਾਨ ਹੂਲ ਕੇ ਲੜਦੇ ਆ, ਕੋਈ ਪਰਵਾਹ ਨੀ, ਦੇਖੋ ਅੱਜ ਉਹਨਾਂ ਨੇ ਕੀਤੀ। ਬਥੇਰਾ ਮੈਂ ਕੋਸ਼ਿਸ਼ ਕਰਦਾ ਰਿਹਾ, ਮੈਂ ਸਬਰ ਤੋਂ ਕੰਮ ਲਿਓ, ਸਬਰ ਤੋਂ ਕੰਮ ਲਿਓ, ਪਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ, ਉਹ ਕਹਿੰਦੇ ਕੋਈ ਗੱਲ ਨੀ ਬਾਈ, ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂਆਂ ਦਾ, ਅਸੀਂ ਪਰਵਾਹ ਨਹੀਂ ਕਰਦੇ। ਤਾਂ ਮੈਂ ਅੱਜ ਮੇਰੇ ਗੱਲ ਦਿਲ 'ਚ ਆਈ, ਮੈਂ ਕਿਹਾ ਯਾਰ ਜਿਹੜੇ ਇਹੋ ਜਿਹੇ ਇਨਸਾਨਾਂ ਨੂੰ, ਇਹੋ ਜਿਹੇ ਨੌਜਵਾਨਾਂ ਨੂੰ ਜਿਹੜੇ ਇੰਨੇ ਭਾਵਕ ਹੋ ਕੇ ਦਿਲੋਂ ਡਾਂਗਾਂ ਖਾ ਕੇ, ਕੁੱਟਾਂ ਖਾ ਕੇ, ਸੱਟਾਂ ਫੇਟਾਂ ਖਾ ਕੇ, ਗਾਹ ਪਤਾ ਨਹੀਂ ਕੀ ਹੋ ਜਾਣਾ, ਪਰਵਾਹ ਨਹੀਂ ਕਰਦੇ, ਆ ਕੇ ਲੜਦੇ ਆ ਸਿਰ ਧੜਦੀ ਲਾ ਕੇ, ਤੇ ਉਹ ਲੋਕ ਜਿਹੜੇ ਇਹੋ ਜਿਹੇ ਲੋਕਾਂ ਨੂੰ ਵੇਚ ਦਿੰਦੇ ਨੇ ਅੱਗੇ, ਯਾਰ ਉਹ ਆਗੂ ਉਹਨੂੰ ਕਿੱਥੇ ਢੋਈ ਮਿਲਣੀ ਆ ਬਾਈ। ਸੋਚਿਆ ਕਰੋ, ਮੈਂ ਇੱਥੇ ਆਗੂਆਂ ਨੂੰ ਇੱਕ ਨਸੀਹਤ, ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕਿ ਸੋਚਿਆ ਕਰੋ ਯਾਰ, ਅਸੀਂ ਸਾਡੀ ਖਾਤਰ ਜਦੋਂ ਆਪਾਂ ਹੋਕਾ ਮਾਰ ਦਿੰਦੇ ਹਾਂ ਤੇ ਹੜ੍ਹ ਆ ਜਾਂਦਾ ਨੌਜਵਾਨਾਂ ਦਾ, ਇਨਸਾਨਾਂ ਦਾ, ਪੰਜਾਬੀਆਂ ਦਾ, ਤੇ ਆਪਾਂ ਕੋਈ ਆਪਦੇ ਹਿੱਤਾਂ ਖਾਤਰ ਜਾਂ ਕਿਸੇ ਹੋਰ ਦਾਬੇ 'ਚ ਜਾਂ ਦਬਕੇ 'ਚ ਆਪਾਂ ਕਿਸੇ ਤਰ੍ਹਾਂ ਦਾ ਕੋਈ ਸਮਝੌਤੇ ਕਰ ਜਾਂਦੇ ਹਾਂ, ਤਾਂ ਯਾਰ ਅਸੀਂ ਇਹ ਪਰਮਾਤਮਾ ਦੀ ਦਰਗਾਹ 'ਚ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਂਦਾ। ਸੋ ਧੰਨਵਾਦ ਬਾਈ, ਤੁਹਾਡਾ ਦਿਲੋਂ ਧੰਨਵਾਦ ਹੈ। ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਮੈਂ ਜਿਨ੍ਹਾਂ ਦੇ ਨਾਲ ਧੰਨਵਾਦ ਕਰ ਸਕਾਂ ਕਿ ਤੁਸੀਂ ਇੰਨਾ ਜ਼ੋਰ ਲੱਗਿਆ ਸਰਕਾਰ ਦਾ ਰਾਤ ਤੋਂ ਲੈ ਕੇ ਪਰਸੋਂ ਤੋਂ ਲੈ ਕੇ ਵੀ ਕਿਸੇ ਤਰੀਕੇ ਨਾਲ, ਜਿਸ ਤਰ੍ਹਾਂ ਮਾਨਸਾ ਦਾ ਇਹਨਾਂ ਨੇ ਪ੍ਰੋਗਰਾਮ ਫੇਲ ਕੀਤਾ, ਇਹਨਾਂ ਦੇ ਹੌਸਲੇ ਵੱਧ ਗਏ ਸੀ, ਇਹਨਾਂ ਨੇ ਭਰਮ ਪਾਲ ਲਿਆ ਸੀ ਵੀ ਇਹ ਪ੍ਰੋਗਰਾਮ ਵੀ ਅਸੀਂ ਫੇਲ ਕਰ ਦਿਆਂਗੇ, ਪਰ ਤੁਸੀਂ ਮਹਾਦੇਵ ਸ਼ੇਰੋ ਬਹਿਜਾ ਬਹਿਜਾ ਕਰਾਤੀ, ਇਹ ਭੁਲੇਖਾ ਦੂਰ ਕਰਤਾ ਸਰਕਾਰ ਦਾ ਕਿ ਬਹੁਤ ਵੱਡੇ ਭੁਲੇਖੇ ਚ ਹੈ। ਜੇ ਤੁਸੀਂ ਐਂ ਡੰਡੇ ਦੇ ਜ਼ੋਰ ਤੇ
ਦਬਾ ਕੇ ਆਵਾਜ਼ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਜ਼ਬਾਨੀ ਬਰਦਾਸ਼ਤ ਨਹੀਂ ਕਰੂਗੀ। ਸੁਭਵੰਤ ਸਿੰਘ ਤੈਨੂੰ ਵੀ ਬੇਨਤੀ ਕਰਨਾ ਚਾਹੁੰਦਾ, ਛੱਡ ਯਾਰ ਕਿਹੜੇ ਚੱਕਰਾਂ ਚ ਪਿਆ, ਕਿਹੜੇ ਚੱਕਰਾਂ ਚ ਪਿਆ ਯਾਰ, ਤੂੰ ਖੁਦ ਐਂ ਬੋਲਦਾ ਰਿਹਾ, ਐਂ ਬੋਲ ਬੋਲ ਕੇ ਤੂੰ ਦੂਜਿਆਂ ਦੀਆਂ ਗੱਲਾਂ ਲੋਕਾਂ ਸਾਹਮਣੇ ਰੱਖਦਾ ਰਿਹਾ, ਅੱਜ ਤੇਰੀਆਂ ਗੱਲਾਂ ਲੋਕ ਰੱਖਣ ਲੱਗ ਗਏ ਤੇ ਤੈਨੂੰ ਬਰਦਾਸ਼ਤ ਨਹੀਂ ਹੋ ਰਿਹਾ ਯਾਰ। ਕਿਉਂ ਜਵਾਨੀ ਨੂੰ ਨੱਪਣ ਤੇ ਤੁਰ ਪਿਆ, ਕਿਉਂ ਜਵਾਨੀ, ਉਹੀ ਜਵਾਨੀ ਜਿਹੜੀ ਅੱਜ ਸੜਕਾਂ ਤੇ ਆਈ ਆ ਹਜ਼ਾਰਾਂ ਦੀ ਗਿਣਤੀ ਚ, ਇਹ ਉਹੀ ਨੌਜਵਾਨ ਨੇ ਜਿਹੜੇ ਤੇਰੇ ਨਾਲ ਸੀ ਕਦੇ, ਯਾਰ ਤੈਨੂੰ ਆਪਣਾ ਐਡਾ ਵੱਡਾ ਮਤਲਬ ਕਿ ਆਦਰਸ਼ ਮੰਨਦੇ ਸੀ, ਪਿਆਰ ਕਰਦੇ ਸੀ, ਇੰਨੀ ਮੁਹੱਬਤ ਕਰਦੇ ਸੀ ਤੈਨੂੰ, ਹੱਥਾਂ ਦੇ ਚੱਕਰ ਜਿੱਥੇ ਭੰਤ ਨੇ ਆਉਣਾ ਮੈਂ ਕਹਿੰਦਾ ਬਨੇਰੇ ਭਰ ਦਿੰਦੇ ਸੀ, ਤੇਰੀ ਖਾਤਰ ਲੜਦੇ ਸੀ ਲੋਕਾਂ ਨਾਲ, ਜਿਹੜਾ ਬੰਦਾ ਤੈਨੂੰ ਕੋਈ ਗਲਤ ਕਹਿੰਦਾ ਸੀ ਤੇਰੀ ਖਾਤਰ ਲੜਦੇ ਸੀ ਇਹ ਨੌਜਵਾਨ, ਪਰ ਅੱਜ ਤੂੰ ਉਹਨਾਂ ਦੀ ਖਿਲਾਫ ਹੋ ਕੇ ਖੜ ਗਿਆ, ਪਰ ਅੱਜ ਤੁਸੀਂ ਜੋ ਕੀਤਾ ਬਾਈ ਤੁਹਾਡਾ ਤਹਿ ਦਿਲੋਂ ਧੰਨਵਾਦ। ਬਾਕੀ ਮੈਂ ਧੰਨਵਾਦ ਕਰਦਾ ਖਾਸ ਤੌਰ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਹਨਾਂ ਦੇ ਕਾਕਾ ਸਿੰਘ ਕੋਟੜਾ ਜੀ ਦਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੁਰਜੀਤ ਫੂਲ ਜੀ ਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਸਵਿੰਦਰ ਸਿੰਘ ਲੌਂਗੋਵਾਲ ਉਹਨਾਂ ਦਾ, ਤੇ ਹੋਰ ਜਥੇਬੰਦੀਆਂ ਕਾਫੀ ਸੀਗੀਆਂ ਜਿਨ੍ਹਾਂ ਦੇ ਨਾਮ ਇੱਥੋਂ ਸ਼ਾਇਦ ਰਹਿ ਵੀ ਗਏ ਹੋਣਗੇ, ਇਹ ਸਾਰੀਆਂ ਉਹ ਜਥੇਬੰਦੀਆਂ ਸੀਗੀਆਂ ਜਿਹੜੀਆਂ ਅਗਵਾਈ ਕਰ ਰਹੀਆਂ ਸੀਗੀਆਂ ਇਹ ਸਾਰੇ ਸੰਘਰਸ਼ ਦੀ, ਸਾਰਿਆਂ ਨੇ ਬਹੁਤ ਜ਼ੋਰ ਲਾਇਆ, ਬਥੇਰਾ ਨਾਕੇ ਨੁਕੇ ਲਾ ਕੇ ਬਥੇਰਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਇਧਰੋਂ ਸੁਰਜੀਤ ਵਰਗੇ ਕਾਕੇ ਵਰਗੇ ਭਾਂਦੇ ਤੁਰੇ ਗਿਆ ਰੋਕਾਂ ਟੋਕਾਂ ਬੜਬੜ ਵਾਲੀਆਂ ਤੇ ਹੋਰ, ਉਹਨਾਂ ਦਾ ਵੀ ਧੰਨਵਾਦ ਬਾਈ। ਹੋਰ ਆਪਣੀ ਜਥੇਬੰਦੀ ਕਾਦੀਆਂ ਉਹਨਾਂ ਦਾ ਵੀ ਧੰਨਵਾਦ, ਜਾਣੇ 21-22 ਜਥੇਬੰਦੀਆਂ ਸੀਗੀਆਂ ਸਾਰੀਆਂ, ਬਹੁਤਿਆਂ ਦੇ ਨਾਂ ਨੀ ਮੈਨੂੰ ਪਤਾ, ਉਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਬਹੁਤ ਸੁਚੱਜੀ ਅਗਵਾਈ ਕੀਤੀ ਹੈ, ਤੇ ਇਹ ਜਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਇਹ ਭਾਨੇ ਲਈ ਨਹੀਂ ਜਬਰ ਦੇ ਖਿਲਾਫ ਜਿੱਤ ਹੋਈ ਹੈ, ਜੋ ਜਬਰ ਦੇ ਨਾਲ ਇਹ ਆਵਾਜ਼ ਨੂੰ ਦੱਬਣਾ ਚਾਹੁੰਦੇ ਹੈ ਉਹਦੇ ਖਿਲਾਫ ਜਿੱਤ ਹੈ। ਸੋ ਮੈਂ ਇੱਕ ਹੋਰ ਅਪੀਲ ਕਰਾਂ, ਬੇਨਤੀ ਕਰਦਾ ਨੌਜਵਾਨਾਂ ਨੂੰ, 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਹੈ, ਵੱਧ ਤੋਂ ਵੱਧ ਖਨੌਰੀ ਵਾਲੇ ਪਾਸੇ ਤੇ ਸ਼ੰਭੂ ਵਾਲੇ ਪਾਸੇ ਆਪਾਂ ਇਕੱਠੇ ਹੋਣਾ ਨੌਜਵਾਨੋ, 13 ਤਰੀਕ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨਾ, ਕਿਉਂਕਿ ਜਿਹੜੀਆਂ ਗੱਲਾਂ ਅਧੂਰੀਆਂ ਰਹਿ ਗਈਆਂ ਉਸ ਵੇਲੇ ਉਹਨਾਂ ਗੱਲਾਂ ਨੂੰ, ਕਿਉਂਕਿ ਹੁਣ ਜਿਹੜਾ ਤਰੀਕੇ ਨਾਲ ਇਹ ਸਾਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੈ, ਬੜੀਆਂ ਖਤਰਨਾਕ ਜਿਹੜੀਆਂ ਨੀਤੀਆਂ ਆ ਰਹੀਆਂ ਨੇ ਉਹਦੇ ਖਿਲਾਫ ਆਪਾਂ ਨੂੰ ਇਕੱਠੇ ਹੋ ਕੇ ਲਾਮਬੰਦ ਹੋ ਕੇ ਲੜਾਈ ਲੜਨੀ ਹੀ ਪੈਣੀ ਹੈ। ਜੇ ਨਾ ਇਕੱਠੇ ਹੋਏ ਤਾਂ ਯਾਦ ਰੱਖਿਓ, ਇਕੱਲੇ ਇਕੱਲੇ ਰਹਿ ਗਏ ਤਾਂ ਸਾਡਾ ਸਾਰਾ ਇਹ ਕਾਰੋਬਾਰ, ਸਾਡਾ ਰੁਜ਼ਗਾਰ, ਸਾਡਾ ਇਹ ਸਾਡੀਆਂ ਜਾਇਦਾਦਾਂ, ਜ਼ਮੀਨਾਂ, ਸਾਡੇ ਹੱਕ ਹਕੂਕ ਸਾਰੇ ਖੋਹ ਲੈਣੇ, ਸਾਰੇ ਦੱਬ ਲੈਣੇ ਆ। ਇੰਨੀਆਂ ਖਤਰਨਾਕ ਨੀਤੀਆਂ ਜਿਹੜੀਆਂ ਨਿਊ ਵਰਲਡ ਆਰਡਰ ਦੀਆਂ ਆ ਰਹੀਆਂ ਨੇ ਉਹਦੇ ਲਈ ਸਾਨੂੰ ਇੱਕ ਮੁੱਠ ਇੱਕਜੁੱਟ ਹੋਣਾ ਪੈਣਾ। ਛੱਡ ਦਿਓ ਮੇਰਾ ਵੀਰ ਇਹ ਯਾਰ ਜਿਹੜੀਆਂ ਆਪਾਂ ਬਖਰੇਵੇਂ ਧੜੇਬਾਜ਼ੀਆਂ, ਗਰੁੱਪਬਾਜ਼ੀਆਂ ਖੜੀਆਂ ਕਰ ਲੈਂਦੇ ਹਾਂ ਕਿ ਅਸੀਂ ਜੀ ਫਲਾਨੀ ਧਿਰ ਨਾਲ, ਅਸੀਂ ਫਲਾਨੀ ਧਿਰ ਨਾਲ, ਨਹੀਂ ਯਾਰ, ਅਸੀਂ ਸਾਰੇ ਕਹੋ ਵੀ ਅਸੀਂ ਤਾਂ ਬਾਈ ਪੰਜਾਬ ਨਾਲ, ਅਸੀਂ ਆਪਣੀ ਧਰਤੀ ਮਾਂ ਦੇ ਹਾਂ, ਸਾਡੀਆਂ ਬੋਲੀਆਂ, ਵਿਰਸੇ, ਇਤਿਹਾਸ, ਪਾਣੀ ਸਭ ਦੇ ਸਾਂਝੇ ਹੈ ਬਾਈ। ਨਾ ਮੇਰਾ ਵੀਰ ਮੈਂ ਫੇਸਬੁੱਕ
ਕਰਦੇ ਆ ਲਗਾਤਾਰ, ਟਿੱਪਣੀਆਂ ਕਰਦੇ ਆ, ਕੋਈ ਪੋਸਟਾਂ ਪਾਉਂਦੇ ਆ, ਵੀਡੀਓ ਪਾਉਂਦੇ ਆ, ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਪੰਜਾਬ ਨੂੰ ਇਕੱਠਾ ਹੋ ਕੇ ਲੜਨ ਦਿਓ ਯਾਰ। ਕਿਸੇ ਨੇ ਨੀ ਕੋਈ ਨੀ ਦੇਖਣਾ ਵੀ ਇਹ ਕਾਮਰੇਡ ਹੈ ਕਿ ਇਹ ਸਿੱਖ ਹੈ, ਸਿਰ ਤੇ ਬੰਨੀ ਹੋਈ ਦਸਤਾਰ ਤੇ ਮੂਹਰੇ ਦਾੜੀ ਦੇਖਣੀ ਹੈ, ਅਗਲਿਆਂ ਨੇ ਤੁਹਾਨੂੰ ਉਹਦੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਉੱਥੇ ਨੀ ਉਹ ਦੇਖਦੇ ਵੀ ਤੂੰ ਕਿਹੜੀ ਧਿਰ ਦਾ ਹੈ, ਕਿਹੜੀ ਧਾਰਾ ਦਾ ਹੈ। ਤਾਂ ਮੇਰਾ ਵੀਰ ਤੁਹਾਨੂੰ ਬੇਨਤੀ ਕਰਦਾ, ਇਕੱਠੇ ਹੋ ਜਾਓ ਯਾਰ, ਪਿੰਡਾਂ ਦੇ ਵਿੱਚ ਜਥੇਬੰਦਕ ਰੂਪ ਚ ਇਕੱਠੇ ਹੋਵੋ। ਜਿਹੜੀ ਵੀ ਜਥੇਬੰਦੀ ਤੁਹਾਨੂੰ ਚੰਗੀ ਲੱਗਦੀ ਹੈ ਪਿੰਡ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਉਹਨਾਂ ਨਾਲ ਜੁੜ ਜਾਓ ਬਈ, ਜੇ ਚਾਹੁੰਦੇ ਆ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾਅ ਹੋਵੇ। ਤਾਂ ਨਹੀਂ ਇੰਨਾ ਖਤਰਨਾਕ ਤਰੀਕੇ ਦੇ ਨਾਲ ਮੋਦੀ ਤੁਹਾਡੇ ਉੱਤੇ ਹਮਲੇ ਕਰਨ ਨੂੰ ਤਿਆਰ ਹੋਇਆ ਬੈਠਾ, ਤਾਂ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੋ ਜਾਊਗਾ। ਸੋ ਇਸ ਕਰਕੇ 13 ਤਰੀਕ ਨੂੰ ਯਾਦ ਰੱਖਿਓ, ਦਿੱਲੀ ਵੱਲ ਆਪਾਂ ਕੂਚ ਕਰਨਾ, ਜਿਵੇਂ 26 ਨਵੰਬਰ ਨੂੰ ਆਪਾਂ ਗਏ, 26 ਨਵੰਬਰ 2020 ਨੂੰ, 13 ਤਰੀਕ ਨੂੰ ਆਪਾਂ ਉਧਰ ਨੂੰ ਕੂਚ ਕਰਨਾ। ਸੋ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਉਧਰ ਨੂੰ ਆਪਾਂ ਚਾਲੇ ਪਾਉਣੇ ਆ। ਸੋ ਇਸ ਤੋਂ ਇਲਾਵਾ ਧੰਨਵਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਵੀ ਮੈਂ ਕਰਨਾ ਚਾਹੁੰਦਾ, ਚੰਨੀ ਜੀ ਦਾ। ਉਹਨਾਂ ਨੂੰ ਵੀ ਅੱਜ ਘਰੇ ਘੇਰ ਲਿਆ ਸੀ, ਉਹਨਾਂ ਨੇ ਅੱਜ ਆਉਣਾ ਸੀ ਇੱਥੇ। ਚਲੋ ਵਿਚਾਰਾਂ ਦੇ ਬਖਰੇਵੇਂ ਹੈਗੇ ਆ, ਸਿਆਸੀ ਤੌਰ ਤੇ ਵੀ ਬਖਰੇਵੇਂ ਨੇ, ਉਹਨਾਂ ਦੀ ਪਾਰਟੀ ਪੱਧਰ ਤੇ ਵੀ ਸਾਡੇ ਬਖਰੇਵੇਂ ਨੇ, ਪਰ ਉਸ ਇਨਸਾਨ ਨੇ ਹਾਂ ਦਾ ਨਾਰਾ ਮਾਰਿਆ, ਸੁਖਪਾਲ ਸਿੰਘ ਖਹਿਰੇ ਨੇ ਹਾਂ ਦਾ ਨਾਰਾ ਮਾਰਿਆ, ਉਦੋਂ ਆਇਆ ਵੀ ਸੀ 29 ਨੂੰ, ਉਦੋਂ ਬਾਅਦ ਬੋਲਿਆ ਵੀ ਆ। ਚਲੋ ਖਹਿਰਾ ਤਾਂ ਵੈਸੇ ਹੀ ਜਿੱਥੇ ਵੀ ਜ਼ਬਰ ਹੁੰਦਾ, ਜ਼ੁਲਮ ਹੁੰਦਾ, ਉਹਦੇ ਖਿਲਾਫ਼ ਡਟ ਕੇ ਬੋਲਦਾ। ਸੋ ਸਾਰਿਆਂ ਦਾ ਬਾਈ, ਜਿਹੜੇ ਜਿਹੜੇ ਮੈਥੋਂ ਰਹਿ ਗਏ ਭਰਾਵੋ, ਕੋਈ ਨਾਂ ਨਹੀਂ ਲਿਆ ਗਿਆ, ਉਹਨਾਂ ਦਾ ਵੀ ਧੰਨਵਾਦ, ਤਹਿ ਦਿਲੋਂ ਧੰਨਵਾਦ ਆ। ਦਿਲੋਂ ਲੜਨ ਵਾਲੇ ਬੰਦੇ ਹਮੇਸ਼ਾ ਜਿੱਤਦੇ ਆ, ਦਿਮਾਗ ਤੋਂ ਲੜਨ ਵਾਲੇ ਬੰਦੇ ਹਾਰ ਜਾਂਦੇ ਆ। ਸੋ ਜਿੱਤ ਵੀ ਦਿਲੋਂ ਲੜਨ ਵਾਲਿਆਂ ਦੀ।